ਮਲਸੀਆਂ ਵਿੱਚ ਜਾਣੀ ਹੈ ਪਾਗੀਰਤ ਕਾਲੀ ਗੁੰਗਾਵੈ ਇਹਦਾ ਅਰਥ ਹੋ ਗਿਆ ਮਲਸੀਆਂ ਦੇ ਵਿੱਚ ਭਾਈ ਪਗੀਰਤ ਚੌਧਰੀ ਕਿਹਾਂ ਨੰਬਰ ਦਾ ਲਿਖਿਆ ਚੌਧਰੀ ਰਹਿੰਦਾ ਹੈ ਕਿ ਜਿਹੜਾ ਕਾਲੀ ਦੇਵੀ ਦੇ ਗੁੰਗਾਉਂਦਾ ਹੈ ਇਹ ਕਾਲੀ ਦਾ ਉਪਾਸ਼ਕ ਸਨ ਧਿਆਨ ਲਾਣ ਦੀ ਇਹਨਾਂ ਨੂੰ ਜਾਇਜ਼ ਦਸੀ ਗਈ ਗੁਰੂ ਨਾਨਕ ਸਾਹਿਬ ਮਹਾਰਾਜ ਇਹਨਾਂ ਦੇ ਪਿੰਡ ਚਲੇ ਗਏ ਇਤ ਕਈ ਸੱਜਣ ਲਿਖਦੇ ਆ ਵੀ ਮਹਾਰਾਜ ਸੁਲਤਾਨਪੁਰ ਆਇਆ ਪਗੀਰਤ ਮਹਾਰਾਜ ਚਲੇ ਗਏ ਤੇ ਭਾਈ ਪਗੀਰਤ ਜਿਹੜਾ ਇਹਦੇ ਮਨ ਚ ਆਇਆ ਚਲੋ ਸੰਤ ਆਇਆ ਦਰਸ਼ਨ ਕਰ ਲਈਏ ਕਈ ਵਾਰੀ ਦਾ ਸੋਚਦਾ ਹੈ ਜਿਹੜਾ ਬੰਦਾ ਕਰਮ ਕਾਂਡੀ ਵੀ ਹੈ ਨਾ ਜੀ ਰੱਬ ਉਹਨੂੰ ਜਦੋਂ ਜਦੋਂ ਨiyet ਨਾਲ ਕਿਤੇ ਕਰਮ ਕਾਂਡ ਕਰਦਾ ਰੱਬ ਕਿਤੇ ਨਾ ਕਿਤਾ ਅਸਲੀ ਢੋਲਾ ਦਿੰਦਾ ਵੀ ਜਿੱਧਰ ਤੂੰ ਤਰਿਆ ਇਧਰ ਨਹੀਂ ਇਧਰ ਨੂੰ ਚੱਲ ਮਨ ਚਾਇਆ ਚਲੋ ਮਹਾਰਾਜ ਜੀ ਦੇ ਦਰਸ਼ਨ ਚ ਆ ਗਿਆ ਕੋਲ ਬੈਠਾ ਬਚਨ ਸੁਣੇ ਬੜੀ ਠੰਡ ਵੀ ਅੰਦਰ ਫੇਰ ਆਵੇ ਵੀ ਮਨ ਚ ਫੁਰਨੇ ਬਣੀ ਜਨ ਮੈਂ ਕਾਲੀ ਨੂੰ ਮਾਨਨਾ ਇਹ ਸੰਤ ਜੀ ਗੁਰੂ ਸਾਹਿਬ ਇਹ ਵੀ ਗੱਲ ਚੰਗੀ ਕਰਦੇ ਆ ਕੀਰਤਨ ਕਰਦੇ ਆ ਅੰਦਰ ਦੁਬਦਾ ਦਾ ਸ਼ਕਾਰ ਸੀ ਇਧਰ ਕੇ ਇਧਰ ਡੱਕੋ ਡੋਲੇ ਤੇ ਮਨ ਚ ਆਇਆ ਘਰ ਨਹੀਂ ਗਿਆ ਜਿੱਥੇ ਗੁਰੂ ਸਾਹਿਬ ਸਨ ਉੱਥੇ ਹੀ ਵਿਸ਼ਰਾਮ ਕਰਨ ਲੱਗ ਪਿਆ ਪਰਮੇਸ਼ਵਰ ਨੇ ਖੇਡ ਵਰਤਾ ਦਿੱਤੀ ਰਾਤ ਜਦੋਂ ਇਹ ਸੁੱਤਾ ਸਾਰੇ ਉੱਠੇ ਇਸ਼ਨਾਨ ਕਰਨੇ ਉੱਠਿਆ ਇਤਿਹਾਸ ਕਹਿੰਦਾ ਵੀ ਇਹ ਚੌਧਰੀ ਜਦੋਂ ਉੱਠਿਆ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਹਜ਼ੂਰ ਦੇ ਅਸਥਾਨ ਤੇ ਇੱਕ ਬੀਬੀ ਝਾੜੂ ਲਾ ਰਹੀ ਸੀ ਝਾੜੂ ਲਾ ਰਹੀ ਹੈ ਤੇ ਇਹਨੇ ਦੇਖਿਆ ਤੇ ਪੁੱਛਦਾ ਤੂੰ ਕੌਣ ਕਹਿੰਦੀ ਪਗੀਰਤ ਤੂੰ ਸਹੀ ਥਾਂ ਤੇ ਆ ਗਿਆ ਤੂੰ ਸਹੀ ਥਾਹਤੇ ਆ ਤੂੰ ਕੌਣ ਕਹਿ ਲੱਗੀ ਮੈਂ ਉਹ ਆ ਜਿੰਨੂੰ ਤੂੰ ਪੂਜਣਾ ਹੈ ਤੇ ਪੁੱਛਦੀ ਵੀ ਪੁੱਛਦੇ ਨੇ ਤੂੰ ਇੱਥੇ ਝਾੜੂ ਕਿਉਂ ਨਹੀਂ ਹੈ ਕਹਿੰਦੀ ਜਿਹੜੀਆਂ ਤੈਨੂੰ ਵੀ ਕਿਤੇ ਬਰਕਤਾਂ ਮਿਲਦੀਆਂ ਸਨ ਮੈਂ ਇਹਦੇ ਦਰਬਾਰ 'ਚ ਹੀ ਝਾੜੂ ਲਾ ਕੇ ਤਾਕਤ ਲੈਣੀ ਆ ਤੂੰ ਉਸ ਟਿਕਾਣੇ ਤੇ ਆ ਗਏ ਜਿਹੜਾ ਸਰਬ ਕਲਾ ਸਮਰਾਟ ਤੇ ਸਾਰੀਆਂ ਤਾਕਤਾਂ ਦਾ ਮਾਲਕ ਹੈ ਇਹ ਤੁਸੀਂ ਪ੍ਰਤੱਖ ਦੇਖੋ ਸੁਰਤ ਚ ਵਜਿਆ ਝਲਕਾ ਦੇਖੋ ਇਹ ਸੁਰਤ ਵਿੱਚ ਵੀ ਖੇਡ ਵਾਪਰ ਜਾਂਦੀ ਸੁਪਨੇ ਵਿੱਚ ਵੀ ਵਾਪਰ ਜਾਂਦੀ ਤੇ ਪ੍ਰਤੱਖ ਵੀ ਵਾਪਰਦੀ ਬਸ ਇੱਕੋ ਮਨ ਇਸ ਘਟਨਾ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨ ਪਕੜ ਲੈ ਕਹਿੰਦਾ ਮਹਾਰਾਜ ਮੈਨੂੰ ਉਪਦੇਸ਼ ਦਿਓ ਉਸ ਭਾਈ ਪਗੀਰਥ ਨੂੰ ਗੁਰੂ ਨਾਨਕ ਸਾਹਿਬ ਨੇ ਸ਼ਬਦ ਦੀ ਦਾਤ ਦਿੱਤੀ ਸੁਲਤਾਨ ਕੋ ਰਿਆ ਇਹਦਾ ਅੰਦਰ ਗੁਰਮਖੋ ਇਨਾ ਕੋ ਬਖਸ਼ਿਸ਼ ਨਾਲ ਭਰਪੂਰ ਹੋ ਗਿਆ ਇਨੇ ਇੱਕ ਰਾਤ ਭਾਈ ਮਾਨਸੂਖ ਦੇ ਘਰ ਆਇਆ ਤੇ ਮਾਨਸੂਖ ਨੂੰ ਗੁਰੂ ਨਾਨਕ ਸਾਹਿਬ ਦਾ ਸਿੱਖ ਬਣਾ ਦਿੱਤਾ ਦੀਪਕ ਤੋਂ ਦੀਪਕ ਪ੍ਰਗਾਸੀ ਇੱਥੇ ਅਰਜ਼ੀ ਕਰਕੇ ਮੈਂ ਸਮਾਪਤੀ ਕਰਾਂਗਾ ਜਿੰਨੀਆਂ ਦੇਵ ਸ਼ਕਤੀਆਂ ਨੇ ਇਹ ਹੈਨ ਜੀ ਸਾਰੀਆਂ ਨੇ ਤੇ ਜਿਹੜਾ ਕੋਈ ਕਹਿੰਦਾ ਨਹੀਂ ਜੀ ਇਹ ਤਾਂ ਐਵੇਂ ਗੱਲਾਂ ਕਰੀ ਜਾਂਦੇ ਹੋ ਆ ਤਿੰਨੇ ਸ਼ਬਦ ਬਾਬਾ ਜੀ ਨੇ ਤਿੰਨ ਵਾਰੀ ਦਰਜ ਕੀਤੇ ਆ ਗੁਰੂ ਗ੍ਰੰਥ ਸਾਹਿਬ ਚ ਸੋ ਦਰ ਤੇਰਾ ਕੇ ਆ ਸੋ ਕਰਕੇ ਆ ਜਿਤਬੈ ਸਭ ਸੁਮਾਲੇ ਬਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣਖਾਰੇ ਕੀਤੇ ਤੇਰੇ ਰਾਗ ਪਰਿਚੋ ਕਈਨ ਕੀਤੇ ਤੇਰੇ ਕਾਹਨ ਜਿਹੜੇ ਸਾਰੇ ਸ਼ਬਦ ਨੇ ਇਹਦੇ ਵੀ ਧਰਮ ਰਾਜ ਵੀ ਗਾਉਂਦਾ ਹੈ ਦੇਵਤੇ ਵੀ ਗਾਉਂਦੇ ਨੇ ਦੇਵੀਆਂ ਵੀ ਗਾਉਂਦੇ ਨੇ ਸੁਰਗ ਮੱਚ ਪਿਆਲੇ ਸਾਰੇ ਗਾਉਂਦੇ ਆ ਗੁਰਮਖੋ ਪਰ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਆਜਾਏ ਇਸ ਤੋਂ ਵੱਡਾ ਕੋਈ ਦੇਵਤਾ ਨਹੀਂ ਮਹਾਰਾ ਨੇ ਬਾਣੀ ਸ਼ਬਦ ਵਰਤੇ ਆ ਗੁਰੂ ਤੋਂ ਵੱਡਾ ਕੋਈ ਦੇਵਤਾ ਨਹੀਂ ਆ ਇਸ ਕਰਕੇ ਮੈਂ ਕਹਿੰਦਾ ਮੈਨੂੰ ਪਤਾ ਹੈ ਕਈ ਸੱਜਣ ਅੱਜਕੱਲ ਤਾਂਤਰੰਕਾਂ ਦਾ ਬੜਾ ਜ਼ੋਰ ਹੁੰਦਾ ਹੈ ਇੰਡੀਆ ਵਿੱਚ ਬਹੁਤ ਜ਼ਿਆਦਾ ਤੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਕਰ ਰਿਹਾ ਮੀਡੀਆ ਕਰ ਰਿਹਾ ਕਿੰਨੇ ਕਿੰਨੇ ਘੰਟੇ ਦਾ ਟਾਈਮ ਦਿੱਤਾ ਜਾਂਦਾ ਕੋਈ ਸ ਕੋਈ ਤਾਸ਼ ਦੇ ਪੱਤੇ ਲੈ ਕੇ ਬੈਠਾ ਕੋਈ ਚਿੱਟੇ ਕੱਪੜੇ ਪਵਾਉਂਦਾ ਕੋਈ ਲਾਲ ਕੱਪੜੇ ਪਵਾਉਂਦਾ ਕੋਈ ਕਹਿੰਦਾ ਚਿੱਟੇ ਬੂਟ ਪਾ ਲਈ ਉਹ ਇੱਕ ਉਹ ਕਹਿੰਦਾ ਸਮੋਸੇ ਖਾਦੇ ਨੇ ਕਿ ਨਹੀਂ ਗੁਲਾਬ ਜਾਮਨ ਅੱਜ ਖਾ ਲਈ ਸ਼ਾਇਦ ਤੁਸੀਂ ਸੁਣਿਆ ਮੈਂ ਕਿਉਂ ਮੈਂ ਕਿਹੜੀ ਸੋਚਣਾ ਅਸਲੀ ਧਰਮ ਦੀ ਗੱਲ ਦਾ ਵਿਰੋਧ ਕਰਦੇ ਆ ਜੇ ਅਸਲੀ ਗੱਲ ਚੱਲੇ ਨਾ ਬਹੁਤ ਵਿਰੋਧ ਕਰਨਗੇ ਸਭ ਤੋਂ ਵੱਡਾ ਪ੍ਰਪੰਚ ਤੇ ਦਾਸ ਨੇ ਇੱਕ ਦਿਨ ਬੇਨਤੀ ਕੀਤੀ ਸੀ ਜੀ ਇੰਡੀਆ ਦੀ ਚਲੋ ਘਟਨਾਏ ਟੀਵੀ ਤੇ ਚੱਲੀ ਗੋ ਤੇ ਕਥਾ ਸਾਰੇ ਜੋਤਸੀਆਂ ਨੇ ਨਾ ਨਵੰਬਰ ਦੇ ਮਹੀਨੇ ਚ ਸਵੇਰੇ ਸਵੇਰੇ ਸਾਰੇ ਉਦੋਂ ਲਾਈਵ ਹੋਏ ਸਨ ਵੀ ਅੱਜ ਤੂੰ ਤੈਨੂੰ ਐਸ ਰਾਸ਼ੀ ਵਾਲੇ ਨੂੰ ਇਹ ਧਨ ਮਿਲ ਰਿਹਾ ਹੈ ਤੇਰੇ ਵਪਾਰ ਚ ਵਾਧਾ ਹੋਣਾ ਹੈ ਅੱਜ ਤੇਰੇ ਰੁਪਈਏ ਚ ਬਰਕਤ ਹੋ ਜਾਣੀ ਏ ਕਿਸੇ ਨੇ ਮਾਈ ਦੇ ਲਾਲ ਕਿਹਾ ਵੀ ਜਿਹੜੇ ਰੁਪਈਏ ਜੇ ਲੁਕਾ ਲੋ ਅੱਜ ਸ਼ਾਮ ਨੂੰ ਮੋਦੀ ਨੇ ਬੰਦ ਕਰ ਦੇਣੇ ਜੀ ਇਹਦਾ ਮਤਲਬ ਉਹ ਖਾਣੀ ਦੱਸ ਰਿਹਾ ਨਾ ਸਾਰੇ ਦੱਸ ਰਿਹਾ ਜਾਂ ਜਾਂਚ ਕਰੋ ਅੰਜ ਕਰੋ ਕਿਸੇ ਕਿਹਾ ਉਹ ਆਪਣੇ ਆਪਣੇ ਲੁਕਾ ਲੋ ਜਿੰਨੇ ਲੁਕਦੇ ਜੇ ਸ਼ਾਮ ਤੱਕ ਵਟਾ ਲੋ ਬੰਦ ਹੋ ਚੱਲੇ ਜੇ ਇਹਦਾ ਮਤਲਬ ਸਭ ਬੇਈਮਾਨਾਂ ਦਾ ਟੋਲਾ ਹੈ ਇਹ ਗੱਲ ਗੁਰੂ ਨਾਨਕ ਸਾਹਿਬ ਨੂੰ ਜਦੋਂ ਪੁੱਛਣਾ ਕਿਹਾ ਮਾਰੇ ਨੇ ਕਿਹਾ ਉਹ ਗੁਰੂ ਸਾਹਿਬ ਨੂੰ ਲਿਖ ਕੇ ਕਾਗਜ਼ ਦੇ ਦਿੱਤਾ ਜਿਹਨੂੰ ਤਵੀਤ ਆ ਤਵੀਤ ਵੀ ਇਸਲਾਮ ਵਿੱਚੋਂ ਆਈ ਹੋਈ ਖੇਡ ਹੈ ਮਹਾਰਾਜ ਨੇ ਕਿਹਾ ਤ੍ਰਿਗ ਤਿਨਾਂ ਦਾ ਜੀਵ ਆ ਜੇ ਲਿਖ ਲਿਖ ਵੇਚੈ ਨਾਉ ਖੇਤੀ ਜਿੰਨ ਕੀ ਉਜਲਾ ਖੜਵਾੜਾ ਕਿਆ ਥਾਉ ਜਿਹੜਾ ਰੱਬ ਦਾ ਨਾਮ ਲਿਖ ਕੇ ਵੇਚ ਕੇ ਤਵੀਤ ਬਣਾ ਕੇ ਪਾਉਂਦਾ ਪਿਆ ਮਹਾਰਾਜ ਕਹਿੰਦੇ ਹੋਂਦੇ ਤੇ ਖੇਤੀ ਉਜੜ ਗਈ ਇਹਨਾਂ ਦੇ ਬੋਲ ਕਿੱਥੇ ਬੈਣੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ ਮੇਰੇ ਤੋਂ ਮੈਂ ਸਿਰਫ ਇੱਕ ਬੇਨਤੀ ਕਰਨੀ ਚਾਹੁੰਦਾ ਇਹ ਤਾਕਤਾਂ ਹੈ ਬੰਦੇ ਨੂੰ ਹਲਾ ਕੇ ਰੱਖ ਦਿੰਦੀਆਂ ਨੇ ਜੀ ਗੁਰੂ ਨਾਨਕ ਸਾਹਿਬ ਦਾ ਬਹੁਤ ਵਾਹ ਪਿਆ ਅਸਾਮ ਵਿੱਚ ਗੁਰਦੁਆਰਾ ਧੋਬੜੀ ਸਾਹਿਬ ਤੁਸੀਂ ਦਰਸ਼ਨ ਕਈਆਂ ਕੀਤੇ ਹੋਣੇ ਨੇ ਕਿੱਡੇ ਵੱਡੇ ਨੇ ਬਾਹਰ ਕਿਤੇ ਗੁਰ ਤੇਗ ਬਹਾਦਰ ਸਾਹਿਬ ਤੇ ਬਸ ਇੱਕ ਗੱਲ ਯੇਨ ਚ ਰੱਖੋ ਜਪਜੀ ਸਾਹਿਬ ਮੂਲ ਮੰਤਰ ਗੁਰ ਮੰਤਰ ਨਹੀਂ ਛੱਡਣਾ ਜਿੱਥੇ ਮੇਰੇ ਗੁਰੂ ਨਾਨਕ ਦਾ ਨਾਮ ਆ ਗਿਆ ਹਰ ਤਾਕਤ ਝੁਕੇਗੀ ਇਸੇ ਕਰਕੇ ਸਿੱਧਾਂ ਨੇ ਕਿਹਾ ਸਿੱਧ ਬੋਲਣ ਸ਼ੋਭ ਬਚਨ ਤਨ ਨਾਨਕ ਤੇਰੀ ਵੱਡੀ ਕਮਾਈ ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ ਕਿ ਤੇਰੇ ਤੋਂ ਵੱਡਾ ਕੋਈ ਪੁਰਖ ਨਹੀਂ ਇੱਕ ਸ਼ਬਦ ਮੈਂ ਆਪ ਨੂੰ ਸੁਣਾ ਕੇ ਸਮਾਪਤੀ ਕਰਨੀ ਵੀ ਆਕਾਸ ਕਰਕੇ ਦੇਵੀਆਂ ਵਾਲਾ ਉੰਜ ਮੈਂ ਵੇਖਣ ਵਾਸਤੇ ਹਰ ਥਾਂ ਤੇ ਜਾਣਾ ਇਹ ਮੈਂ ਸਟੇਜ ਤੇ ਵੀ ਸਵੀਕਾਰ ਕਰਨਾ ਜੇ ਬੋਧੀ ਮੰਦਰ ਮਿਲਦਾ ਮੈਂ ਉੱਥੇ ਵੀ ਜਾਣਾ ਜੇ ਕੋਈ ਚੰਗਾ ਪੁਰਾਣਾ ਮੰਦਰ ਈਵਨ ਕਿ ਮੈਂ ਕਲਕੱਤੇ ਕਾਲੀ ਦੇ ਮੰਦਰ ਵੀ ਦੇਖਣ ਗਿਆ ਦੇਖਣ ਗਿਆ ਮੈਂ ਸ਼ਬਦ ਵਰਤੇ ਪਤਾ ਨਹੀਂ ਇੱਕ ਜਗਿਆਸਾ ਹੈ ਵੀ ਕੀ ਹੈ ਕਿਸ ਤਰ੍ਹਾਂ ਹੈ ਪਰ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਸਾਹਮਣੇ ਰੰਡਾ ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੈ ਜਿਹਦੀ ਆਰਾਧਨਾ ਕਰੋਗੇ ਜੇ ਤਾਂ ਪਹੁੰਚ ਗਏ ਉਹਦਾ ਰੂਪ ਹੋ ਜੋਗੇ ਜੇ ਇਨਸਾਨੋ ਮਹਾਰਾਜ ਕਹਿੰਦਿਆ ਬੰਦਿਓ ਮਨੁੱਖੋ ਜੇ ਨਾ ਪੁਗੇ ਉਹਦੀ ਸਵਾਰੀ ਬਣੋਗੇ ਜੇ ਭਗਤੀ ਚ ਬੰਦਾ ਪੁਗ ਜਾ ਉਹਦਾ ਰੂਪ ਹੁਣ ਆਪਾਂ ਕਹਿੰਦੇ ਜੀ ਇਹ ਜਿਹੜਾ ਇਹ ਸੇਵਕ ਹੈ ਨਾ ਰੱਬ ਦਾ ਰੂਪ ਹੈ ਹਰ ਕਾ ਸੇਵਕ ਸੋ ਹਰ ਜਿਹਾਂ ਭੇਦ ਨਾ ਜਾਣੋ ਮਾਨਸ ਦੇਆ ਰਬ ਵਰਗਾ ਹੋ ਗਿਆ ਹਰ ਹਰ ਜਨ ਦੇ ਇੱਕ ਹੈ ਬਿਬ ਵਿਚਾਰ ਕਛ ਨਾ ਹੈ ਹਰੀ ਔਰ ਹਰੀ ਕਾ ਜਨ ਜੋ ਪ੍ਰਾਨੀ ਨਿਸ ਦਿਨ ਭਜਾ ਰੂਪ ਰਾਮ ਤੇ ਜਾਨ ਗੁਰੂ ਸਾਹਿਬ ਨੇ ਸ਼ਬਦ ਵਰਤਿਆ ਖਾਲਸਾ ਮੇਰੋ ਰੂਪ ਹੈ ਖਾਸ ਕਿਉਂਕਿ ਉਹ ਗੁਰੂ ਨਾਲ ਜੁੜਿਆ ਤੇ ਮਹਾਰਾਜ ਕਹਿੰਦੇ ਆ ਸੁਣੋ ਪੈਰੋ ਭੂਤ ਸੀਤਲਾਤਾ ਵੈ ਖਰ ਬਾਨ ਉਹ ਸ਼ਾਰੂ ਡਾ ਵੈ ਜੇ ਤੂੰ ਪੈਰੋ ਨੂੰ ਪੂਜਣਾ ਪੈ ਪੂਤ ਬਣੇਗਾ ਸੀਤਲਾ ਨੂੰ ਪੂਜਣਾ ਜੇ ਪਹੁੰਚ ਗਿਆ ਤੇ ਉਹਦਾ ਰੂਪ ਨਹੀਂ ਤਾਂ ਉਹਦੀ ਸਵਾਰੀ ਗਧਾ ਹੈ ਇਹ ਆਪ ਕਿਸੇ ਮਹਾਪੁਰਖ ਕਿਸੇ ਟੀਕੇ ਜੋ ਪੜਿਓ ਇਹ ਸਾਧ ਨਾਲ ਸੰਬੰਧਿਤ ਸ਼ਬਦ ਨੇ ਮਜ਼ਾਕ ਲਈ ਨਹੀਂ ਵੀ ਆਪਾਂ ਕਹਿੰਗੇ ਫੁਲਾਣ ਨੂੰ ਮਜ਼ਾਕ ਕੀਤਾ ਨਾ ਕਿਸੇ ਤੇ ਮਜ਼ਾਕ ਨਾ ਕਿਸੇ ਤਰਕ ਇਹ ਗੁਰੂ ਸਾਹਿਬ ਕਹਿ ਰਿਹਾ ਇਸ ਲਈਤ ਸਮਝੋ ਦੁਨੀਆ ਦੇ ਲੋਕੋ ਤੇ ਕਹਿ ਵੀ ਉਹ ਮਹਾਪੁਰਖ ਰਿਹਾ ਜਿਹੜਾ ਮਹਾਰਾਸ਼ਟਰ ਚ ਰਹਿੰਦਾ ਸੀ ਪਹਿਰੋ ਪੂਤ ਸੀਤਲਾ ਤਾਵੇ ਖਾਹਰ ਵਾਹਨ ਬਹਨਦਰ ਤੇ ਸਵਾਰੀ ਕਰਦਰਤੇ ਗਦਾ ਕਰ ਬਾਨ ਉਹ ਸ਼ਾਰੂ ਡਾਵੇ ਨਾਮਦੇਵ ਜੀ ਤੁਸੀਂ ਕਿਨੂੰ ਚਾਹਦੇ ਹੋ ਭੈਰੋ ਮਿਲੇ ਛੇ ਮਿਲੇ RAM ਮਿਲੇ ਉਹ ਕਹਿੰਦੇ ਨਹੀਂ ਨਹੀਂ ਹਾਉ ਤੋ ਇੱਕ ਰਮਈਆ ਲੈ ਹੂੰ ਆਂ ਦੇਵ ਬਦਲਾਵਨ ਦੇ ਹੂੰ ਜਿੰਨੇ ਦੇਵਤੇ ਨੇ ਸਾਰੇ ਲੈ ਲੋ ਮੈਨੂੰ ਸਿਰਫ ਇੱਕ ਪਰਮ ਸਤ ਵੈਗਰੂ ਚਾਹੀਦਾ ਹਾਉ ਤੋ ਇੱਕ ਰਮਈਆ ਲੈ ਹੂੰ ਆਂ ਦੇਵ ਬਲਾ ਬਦਲਾਵਨ ਦੇ ਹੂੰ ਸ਼ਿਵ ਸ਼ਿਵ ਕਰਤਾ ਜੋ ਨਰ ਤੇ ਆਵੇ ਬਰਦ ਚਰ ਹੈ ਡੌਰੂ ਤੁਮਕਾਵੇ ਬਲ ਤੇ ਚੜਿਆ ਉਹ ਸਵਾਰੀ ਬਲਦ ਹੈ ਨਾ ਜੀ ਬਰਦ ਚਰਾ ਡੋ ਰੂਟਮ ਕਾ ਵਾ ਮਾਂ ਮਾਈ ਕੀ ਪੂਜਾ ਕਰੇ ਨਰਸੈ ਨਾਰ ਹੋਏ ਉਤਰੇ ਬੰਦੇ ਤੋ ਇਸਤਰੀ ਬਣ ਜਾਏਗਾ ਪਰ ਬੀਬੀ ਹੋਏ ਇਹ ਨਾ ਕਿਤੇ ਸਮਝ ਲੋ ਵੀ ਇਸਤਰੀ ਜਾਮਾ ਮੜਾ ਹੈ ਇਹਦਾ ਮਤਲਬ ਜੈਸਾ ਸੇਵੇ ਤੈਸਾ ਹੋਏ ਨਰਸੈ ਨਾਰ ਹੋਏ ਉਤਰੇ ਤੂੰ ਕਈਤੀ ਆਦ ਭਵਾਨੀ ਮੁਕਤ ਕੀ ਬਰੀਆ ਕਾਂਚ ਭਾਨੀ ਤੈਨੂੰ ਆਦ ਭਵਾਨੀ ਕਹਿੰਦੇ ਆ ਮੁਕਤੀ ਕੇ ਵੇਲੇ ਕਿੱਥੇ ਚਲੀ ਗਈ ਤੂੰ ਕਈਤੀ ਆਦ ਭਵਾਨੀ ਮੁਕਤ ਕੀ ਬਰੀਆ ਕਾਂ ਛਪਾਨੀ ਗੁਰਮਤਿ ਰਾਮ ਨਾਮ ਗੋ ਮੀਤਾ ਪਰਨ ਮੈਂ ਨਾਮਾ ਈਉ ਕਹੇ ਗੀਤਾ ਕਹਿੰਦੇ ਉਹ ਗੀਤਾ ਨੂੰ ਪੜ ਗੀਤਾ ਵੀ ਕਹਿੰਦੀ ਆ ਗੁਰੂ ਤੋਂ ਬਿਨਾ ਗਤ ਨਹੀਂ ਤੂੰ ਪਰਮੇਸ਼ਵਰ ਦੇ ਨਾਮ ਨਾਲ ਜੋੜ ਪਗੀਰਤ ਨੂੰ ਨੇ ਕਿਹਾ ਪਗੀਰਥਾ ਹੁਣ ਮੇਰੇ ਪਿੱਛੇ ਨਾ ਆਸ ਰੱਖੀ ਮੈਂ ਇਹਦੇ ਘਰ ਚ ਝਾੜੂ ਲਾ ਕੇ ਕੁਝ ਲੈਨੀ ਆ ਇਹਦਾ ਮਤਲਬ ਦੇਵੀ ਦੇਵਤੇ ਗੁਰੂ ਨਾਨਕ ਸਾਹਿਬ ਦੇ ਦਰ ਦੇ ਝਾੜੂ ਬਰਦਾਰ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਨ